ਬਾਜੀ ਬਾਈ ਹੁਣ ਗਏ ਸੀ ਤੇ ਅੰਮੀ ਹੁਣ ਲੈ ਕੇ ਆ ਗਏ ਬਾਈ ਕਿਹਾ ਨਹੀਂ ਬਾਜੀ ਉਹਨਾਂ ਨੇ ਵੀ ਬੱਚੇ ਕਹਿ ਰਹੇ ਸੀ ਕਿ ਮਾਮੂ ਘਰ ਜਾਣਾ ਆ ਤੇ ਆਉਂਦੇ ਸਰ ਵੀ ਹਾਨੀ ਟੋਕਰਨੇ ਵਾਲਾ ਆ ਰੋਟੀ ਰੋਟੀ ਪਕਾਉਣੇ ਵਾਲੀ ਬਾਜੀ ਨਹੀਂ ਆਉਂਦੀ ਹਾਂਜੀ ਪਾਣੀ ਸਭ ਉਹਦਾ ਪਾਣੀ ਲਗਾ ਰਿਹਾ ਨਾਲ ਮਾਲਮਨ ਦੀ ਕਰ ਰਿਹਾ ਚਾਹੇ ਪਾਣੀ ਲੈ ਕੇ ਜਾ ਰਿਹਾ ਰੋਟੀ ਸਾਰ ਗਰਮ ਕਰਕੇ ਪਿੱਛੇ ਲੈ ਕੇ ਜਾ ਰਿਹਾ ਸੁਬਹ ਦਾ ਇੱਕ ਮਿੰਟ ਸਾਹ ਨਹੀਂ ਲਿਆ ਅੱਜ ਤੱਕ ਮੈਂ ਬੁਖਾਰ ਮੈਨੂੰ ਔਰ ਕੰਮ ਮੈਨੂੰ ਗਲਾ ਮੇਰਾ ਖਰਾਬ ਆ ਵਿਆਸ ਬਈ ਕਹਿੰਦਾ ਜਿਹੜੇ ਮੇਰੇ ਕੰਮ ਆ ਕੰਮ ਤੁਸੀਂ ਜਿਹਨਾਂ ਕੋਲ ਮਰਜ਼ੀ ਕੰਮ ਕਰ ਲਓ ਉਹਨਾਂ ਦਾ ਕੰਮ ਆ ਨਹੀਂ ਹੈ ਸਮੀਰ ਬੇਟਾ ਵੀ ਨਾਲ ਲਗਾਇਆ ਹੋਇਆ ਮਹਿਮਾ ਬੇਟੀ ਵੀ ਨਾਲ ਲੱਗੀ ਹੋਈ ਹੈ ਅਤੇ ਨਿਕਾਲ ਲਓ ਮਟਰ ਬੇਟਾ ਮਟਰਾਂ ਦਾ ਸ਼ੋਰਬਾ ਬਣਾ ਕੇ ਖਾਓ ਸਮੀਰ ਬੇਟਾ ਤੁਹਾਨੂੰ ਵੀ ਮੈਨੂੰ ਲੱਗਦਾ ਖਾਂਸੀ ਮੇਰੇ ਕੋਲ ਖਾਂਸੀ ਹੈ ਜ਼ੁਕਾਮ ਵਾਲਾ ਸਿਰਫ ਅਤੇ ਗੋਲੀਆਂ ਪਈਆਂ ਵਾਲਾ ਗੋਲੀਆਂ ਤੁਸੀਂ ਖਾਇਆ ਉਹਨਾਂ ਅਤੇ ਸਿਰਫ ਪਿਆ ਸਿਰਫ ਮੇਰੇ ਕੋਲ ਪਿਆ ਸਿਰਫ ਪੀ ਲਿਓ ਅਤੇ ਗੋਲੀਆਂ ਵਗੈਰਾ ਤੁਸੀਂ ਨਾ ਖਾਇਓ ਅੱਛਾ ਖਾਂਸੀ ਵਾਲਾ ਸਿਰਫ ਲੈ ਕੇ ਆਇਆ ਮੈਂ ਨਾ ਇੱਕ ਚਮਚੇ ਨੂੰ ਦਿੰਦਾ ਰਾਤੀ ਸੌਣ ਲੱਗੇ ਨੂੰ ਨਾ ਇੱਕ ਚਮਚ ਦੇ ਦਿਓ ਅਤੇ ਫਿਰ ਨਾ ਸੈੱਟ ਹੋ ਜਾਏ ਗੱਲਾਂ ਖੈਰ ਕਰੇ ਮਹਿਮਾ ਮਹਿਮਾ ਆਉਂਦੀ ਪੁੱਛਦੀ ਪਈ ਸੀ ਕਿ ਨਾਨੀ ਅੰਮੀ ਅੱਬੂ ਜੀ ਕਿੱਥੇ ਨਾਨਾ ਅੱਬੂ ਕਿੱਥੇ ਆ ਨਾਨੇ ਅੱਬੂ ਕੇ ਜਾਣਾ ਸਾਰੇ ਮਾਲ ਬਾਹਰ ਖੇਲਣੇ ਚ ਉਹਨੂੰ ਕੋਈ ਨੀ ਹੈਗੀ ਘਰ ਦੀ ਹਾਂਜੀ ਆਉਂਦੇ ਸਾਰੀ ਪਹਿਲਾਂ ਆਏ ਤੇ ਸਾਰੇ ਮਿਲਣਗੇ ਮੈਨੂੰ ਮਿਲੇ ਤੇ ਉਸ ਤੋਂ ਬਾਅਦ ਉਹ ਕਹਿੰਦਾ ਜਿਹੜੀ ਦੂਸਰੀ ਛੋਟੀ ਬੱਚੀ ਬੋਲਦੀ ਹੈ ਇਹਨੂੰ ਛੱਡ ਕੇ ਪਲਾਵਾਂ ਤਾਂ ਉਹ ਤਾਂ ਮੈਂ ਕਿਹਾ ਬੇਟਾ ਹੁਣ ਖਲੋ ਜਾ ਮੇਰਾ ਚੋਣਾ ਵੀ ਵਿੱਚ ਧਾਰਨਾ ਮੈਂ ਕਿਹਾ ਇੱਦਾਂ ਇਹਨੂੰ ਭੁਲਾਉਣਾ ਅਤੇ ਇੱਦਾਂ ਛੋਣਾ ਆ ਅੱਗੇ ਤਿੰਨ ਥਾਂ ਪਲਾਏ ਤਾਂ ਉਹਨੂੰ ਦੇਈਦੇ ਸੀ ਇੱਕ ਦੋਸਤ ਇੱਕ ਥਾਂ ਚੋਈਦਾ ਸੀ ਹੁਣ ਦੋ ਥਾਂ ਦੇਖ ਕੇ ਆਇਆ ਦੋਸਤਾਂ ਨੂੰ ਤੁਸੀਂ ਚੋ ਲਿਆ ਮੈਂ ਕਿਹਾ ਬੱਚੇ ਆਏ ਆ ਦੋ ਬੱਚਿਆਂ ਨੇ ਪੀਣਾ ਅਤੇ ਫਿਰ ਚਲੋ ਕੋਈ ਨਹੀਂ ਨਾਲੇ ਕੰਮ ਪਾਣੀ ਪੂਣੀ ਲੱਗਦਾ ਪਿਆ ਇੱਕ ਦਿਨ ਘੱਟ ਵੀ ਦਿਆ ਪਿਆ ਤਾਂ ਕੋਈ ਫਰਕ ਨਹੀਂ ਪੈ ਚੱਲਦਾ ਜਦੋਂ ਮਾਸ਼ਾਅੱਲਾ ਉਹਨਾਂ ਬੜੀ ਹੋ ਗਈ ਪੱਠੇ ਪੱਠੇ ਖਾ ਲੈਂਦੇ ਰੱਜ ਕੇ ਮਹਿਮਾ ਤੁਸੀਂ ਕਿੱਥੇ ਆਏ ਆ ਚਲੋ ਮੇਰਾ ਪੁੱਤ ਤੁਸੀਂ ਇਹ ਸਬਜ਼ੀ ਬਣਾ ਲਓ ਹਾਂਜੀ ਕਰ ਲਓ ਤਾਂ ਮੈਂ ਚੱਲਣਾ ਚਾਹੇ ਲੈ ਜਾਂ ਦੁਬਾਰਾ ਮਜ਼ਦੂਰ ਬਈ ਨੂੰ ਭੁਲਾ ਹਾਂਜੀ ਮਜ਼ਦੂਰ ਬਈ ਨੂੰ ਭੁਲਾਇਆ ਅੱਬੂ ਜੀ ਨੂੰ ਵੀ ਤੇ ਆਪ ਪਾਣੀ ਲਗਾਵਾਂ ਜਾ ਕੇ ਕੱਢੇ ਮਟਰ ਕੱਢੇ ਵੀ ਤੁਸੀਂ ਨਹੀਂ ਕੱਢੇ ਹੈਗੇ ਕੱਢ ਲੈਂਦੀ ਮੈਂ ਮਟਰ ਕੱਢੋ ਮੈਂ ਮਟਰ ਕੱਢੋ ਕੱਢੋ ਹੁਣ ਗੱਲ ਕਰ ਖਾਇਓ ਕੱਢੋ ਕੱਢ ਸ਼ਾਬਾਸ਼ ਵਾਹ ਬਈ ਵਾਹ ਸਿਆਣੀ ਧੀ ਰਾਣੀ ਮੇਰੀ ਵਾਹ ਬਈ ਵਾਹ 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 ਗੱਲ ਲੈ ਮਟਰ ਮੇਰੇ ਛੋਟੂ ਪੁੱਤ ਨੇ ਕਹਿ ਲਓ ਸ਼ਾਬਾਸ਼ ਕਰੋ ਕੰਮ ਕਰਿਆ ਕਰੋ ਸਿਆਣੀ ਧੀ ਰਾਣੀਆਂ ਕੰਮ ਕਰਦੀਆਂ ਹੁੰਦੀਆਂ ਨੌਂ ਦਾ ਟਾਈਮ ਹੋ ਗਿਆ ਲੇਕਿਨ ਹਜੇ ਸਾਡਾ ਇੱਕ ਵੀਘਾ ਰਹਿ ਗਿਆ ਭਰਨੇ ਵਾਲਾ ਅੱਠ ਕਿਲੇ ਸਾਡੇ ਪਿੱਛਾ ਹੋ ਚੱਲਾ ਹੈ ਇੱਕ ਵੀਘਾ ਦੋ ਦੋ ਕਨਾਲ ਦੇ ਕਹਿ ਰਹੇ ਦੋ ਕਹਿ ਰਹੇ ਰਹਿ ਗਏ ਆ ਇੱਕ ਕਹਿ ਰਹੇ ਛੋੜਿਆ ਹੋਇਆ ਅੱਲਾ ਕਹਿ ਕੇ 10 ਵਜੇ ਤੱਕ ਅਮੀਰ ਤੱਕ ਫੈਨ ਹੋ ਕੇ ਟਿਊਬ ਬੰਦ ਹੋ ਜਾਣਗੇ ਉਸ ਤੋਂ ਬਾਅਦ ਫਿਰ ਮਾਲ ਜਾ ਕੇ ਕਮਰੇ 'ਚ ਕਰਾਂਗੇ ਮਾਲ ਕਮਰੇ 'ਚ ਕਰਨ ਤੋਂ ਬਾਅਦ ਫਿਰ ਮਾਲ ਦੇ ਪੁਲੇ ਪੱਠੇ ਪਾ ਕੇ ਅਤੇ ਸੁਬਹ ਤੜਕੇ ਉੱਠ ਬਾਹਰ ਬਾਹਰ ਨਿਕਾਲ ਦਾਂਗੇ ਅਤੇ 8:30 ਕਿੱਲਾ ਪੀਚਾ ਪੂਰਾ ਹੋ ਜਾਏਗਾ ਫਿਰ ਅੱਲਾ ਕਹਿ ਕਰੇ ਸੁਬਹ ਪੱਠੇ ਰਹਿ ਜਾਣਗੇ ਪੱਠਿਆਂ ਨੂੰ ਖਾਦ ਪਾ ਕੇ ਅਤੇ ਬਾਅਦ 'ਚ ਪਾਣੀ ਲਗਾ ਦਾਂਗੇ ਪਹਿਲਾਂ ਪੱਠੇ ਪੁੱਠੇ ਵੱਢ ਲਵਾਂਗੇ ਜਦ ਤੇਲ ਖਤਮ ਹੋ ਗਏ ਤੇਲ ਸੋਗ ਗਈ ਆ ਲਿਥ ਗਈ ਅਤੇ ਉਸ ਤੋਂ ਬਾਅਦ ਖਾਦ ਪਾ ਕੇ ਅਤੇ ਪੱਠੇ ਨੂੰ ਪਾਣੀ ਲਗਾਵਾਂਗੇ ਮੈਂ ਤਾਂ ਕਿਹਾ ਸੀ ਬੰਦ ਕਰਦੀ ਲੇਕਿਨ ਅੱਬੂ ਜੀ ਨਹੀਂ ਮੰਨੇ ਹੈਗੇ ਮਜ਼ਦੂਰ ਭਾਈ ਚਲੇ ਗਏ ਸੀ ਆਪਣੇ ਟਾਈਮ 'ਤੇ ਫਿਰ ਤੁਸੀਂ ਕਹਿ ਚਲੇ ਜਾਓ ਅੱਬੂ ਜੀ ਕਹਿੰਦੇ ਸੀ ਕਿ ਸਾਰਾ ਪੀਚਾ ਭਰ ਕੇ ਨਿਕਾਲ ਤੋਰ ਤੱਕ ਆਇਆ ਹੈ ਨਿਕਾਲ ਵਾਰਿਆ ਨਹੀਂ ਸੰਤ ਆ ਗਿਆ ਨਵੇਂ ਗੱਡੀ ਦੇ ਲੈ ਕੇ ਸਾਰਾ ਪੀਚਾ ਕਰ ਕੇ ਫਿਰ ਵੀ ਬੰਦ ਕਰਾਂਗੇ ਮੈਂ ਕਿਹਾ ਚਲੋ ਕੋਈ ਨਹੀਂ ਵੈਸੇ ਹੀ ਸਰਦੀਆਂ ਸਾਰੀ ਬਾਤ ਅੱਗੇ ਸਰਦੀਆਂ ਦੀਆਂ ਵਾਰੀਆਂ ਰਾਸਤਾ ਨਹੀਂ ਲਗਾਈ ਦੀਆਂ ਸੀ ਚਲੋ ਇਹੀ ਵੀ ਭਰ ਲੈਂਦੇ ਨਾਲ ਲੱਗਦਾ ਮੈਂ ਇਸ ਲਈ ਕਹਿ ਰਿਹਾ ਸੀ ਕਿ ਫਿਰ ਹੋਰ ਕਰਨਾ ਅਗਰ ਕੋਈ ਧਲੀ ਧੁਲੀ ਹੋਵੇ ਜਿਹਨੇ ਬਿਹਤਰ ਰਹਿ ਜਾਂਦਾ ਫਿਰ ਲੈਟ 'ਤੇ ਕੋਈ ਜਗ੍ਹਾ ਸੁੱਕੀ ਰਹਿ ਨਾ ਜਾਵੇ ਤਕਰੀਬਨ ਨਿਕਲ ਕੋਈ ਜਾਂਦਾ ਜੇ ਮਾਸਾ ਭਰ ਜਾਵੇ ਤਾਂ ਪੈਰ ਪੂਰ ਮਾਰਨਾ ਪੈਂਦਾ ਹੈ ਫਿਰ ਇਸ ਤਰ੍ਹਾਂ ਪੈਰ ਪੂਰ ਮਾਰ ਕੇ ਤਾਂ ਫਿਰ ਕੱਢਦੇ ਕਿਸੇ ਜਗ੍ਹਾ ਛੋਟੀ ਮੋਟੀ ਜਗ੍ਹਾ ਛੋਟੇ ਬਾਜਰ ਦੇ ਜੋੜਦਾ ਉਹਦੀ ਵਜ੍ਹਾ ਤਾਂ ਫਿਰ ਕੋਈ ਛੋਟੀ ਮੋਟੀ ਤਰਗੀਆਂ ਸਾਗੇ ਨਾ ਪੈ ਜਾਂਦੀਆਂ ਰੂਟਰ ਨਹੀਂ ਪੈ ਰਿਹਾ ਸੀ ਰੂਟਰ ਪੈ ਰਿਹਾ ਹੋਵੇ ਤਾਂ ਫਿਰ ਇਤਨਾ ਚੁਣ ਪਛਤੇ ਨਹੀਂ ਹੈਗੇ ਹੈਰੋ ਹੋਰ ਕਲਟੀ ਚਾਈ ਹੋਈ ਹੈ ਉਹਦੀ ਵਜ੍ਹਾ ਤੋਂ ਬਾਜਰ ਦੇ ਚੁਣ ਜੇ ਬਚੇ ਹੋਏ ਆ ਪਾਣੀ ਲਗਾ ਕੇ ਆ ਗਏ ਹਾਂ ਆਉਣ ਤੋਂ ਬਾਅਦ ਫਿਰ ਮਾਲ ਨੂੰ
कमरे च कीता, पट्ठे पाए आ, ते हुण कमरे च आए, चाय पीती है ते नाल ही अपनी मेडिसन खानी शुरू कर दी है। नज़ला जुकाम बुखार दी लैके आए, असी चाय पीते हुए सौन लगे हैं। अम्मी जी की तबीयत खराब हुई, तो बाजार गया हुआ से, बच्चे अज तक नहीं सुते ना मेरी, हमें मम्मी बिटिया सुती है ते ना कबीर साहब सुता है। 11 के करीब टाइम होने वाला है, समीर बेटा सौ गया है, मैं और अब्बू जी हूँ नहीं आए हजे। फिर हाँ जी, तो फिर मार लो तो। अच्छा मैं बजाई का काम सारा फाइनल हो गया, पानी लगाता हूँ, काम मुक गया, तो हूँ मैं अपना कोई अपनी तैयारी करनी है, कोई अपने मुंह था सवारना बी हूँ काम सारा उधर मका हूँ। तुम छोटे मोटे काम जानो तुम जानो बी पहली काम आज ते मैनू दिन ही तुम गलत रखे मेरे हिसाब का, उन्होंने मेरे रखे ना एक काम कार का जोर से बंदा अपना की कैर करनी देखने बहन भाई कहने कोई बस भाई अपनी कैर कर लो, उधर कत्ते की बजाय दस आ गया जोर, तो उधर तुम वही शादी दिन रख ले, सर्दी भी दिन तीन हूं तो बहुत ज्यादा हो रही है। दुकाना बार फिर नहीं कोई शह नहीं मिलती, पिछे घट लिया बे महंगाई बहुत चीजा भी मिल शादियां साढ़े चक च तकरीबन दो तीन आ जानिया हूं हागी, लेकिन साड़ी शादी तो बाद ही है। सर्दी भी जोर चाहिए जानी है, लेकिन मैं हजे भी सर्दी लगती भी कबीर सैन सर्दी नहीं लगती मेरे बेटे नो, अपना उपर कमल खेस लै लो, रजाई लाइट ची लैनी लै लो, तो फिर सोचो अगर बड़ी कोई लैनी रजाई वगैरह तो वह परे पी उधर लै लो मेरा बेटा, नींद आ रही है मेरे। अच्छा ये सराहना च कितना भूल गया अपना उधर मेरे को एक तो मेरे नाल लैंदा मेरे चख लैंदा सी आके मेरे को, तो बगैर दूसरे पता नहीं कितने रखे तुसी, एक दो तुसी छाड़े वैसे चेंज कर दिते हो सराणियां दे, एक वीर सैन एक दो सराणियां दे सराणे वैसे चेंज छाड़े चेंज किते देखो वीर, एक तो बाहर पिया तो खत्म हो गया, तो दाद प्रादना ना कोई चीज नहीं लभदी आ गई। देखो हो गया दा सराणा ब्रेक दिया पतला गया, जिस तरह थले बॉर्डर ताला लगा एक एक को उत्ते होना चाहिए रंग पिया, लेकिन टाइम को नहीं है हूं, बस जेड़ा हो गया सो ठीक है। स्लीप पानी चार दवारी करके थले सुबह आ जाएगा, कहते सिमेंट दो दिन ना बना दांगा। मरी तरह कहना साडा काम किया पसंद आया, जैसे किराया घर का खूबसूरत सुन लगता क्या सारा हाँ जी बाजी, फिर घर डर सी गल है, फिर खर्चा किया नाले सारे देखने बिन बे गिला कर रहे थे कैर नु पेंट कराओ कराओ, मैं चलो उन्होंने गिला खत्म हो जाएंगे नाले घर खूबसूरत हो जाएगा। घर का काम शुरू करा लिया, मतलब काम शुरू किया तुमने तो नाम ही लिया, मैं काम कर करके वैसे थक गई हाँ, कोई नहीं अम्मी जी हूं घर के काम समझ लो कम्पलीट हो गया, हूं खाया शादी तो बाद सही, शादी तो बाद समान चेंज करांगे ना।
ਤੇ ਫਿਰ ਉਹ ਬਾਹਰ ਕੱਢਾਂਗੇ ਕਮਰੇ ਚੋਂ ਤੂੰ ਦੁਬਾਰਾ ਕਰਾ ਦਾਂਗੇ ਉਹ ਤੋਂ ਉਹਨੂੰ ਕਰਵਾ ਦਾਂਗੇ ਤੇ ਫਿਰ ਉਹ ਸੈਟਿੰਗ ਚੇਂਜ ਕਰ ਦਾਂਗੇ ਮੈਂ ਇਹਨਾਂ ਕਿਹਾ ਤੁਸੀਂ ਕਰਾਉਣਾ ਤਾਂ ਆਪਣੇ ਆਪਣੇ ਕਮਰੇ ਕਰਾ ਲਓ ਉਸ ਕਮਰੇ ਨੂੰ ਪਿਆਰ ਲੈ ਮੈਂ ਸਮਾਨ ਨਹੀਂ ਨਾ ਕੋਈ ਸਕਦੀ ਬੱਜੀ ਅੰਮੀ ਤੇ ਫਿਆਸ ਕਿਚਨ ਚ ਵੀ ਨਹੀਂ ਕਰਾਉਂਦੇ ਸੀ ਉਹ ਵੀ ਜ਼ਬਰਦਸਤੀ ਮੇਰਾ ਮਕਾਇਆ ਹੋਇਆ ਸੀ ਮੈਂ ਜਾ ਕਲਰ ਲਿਆ ਮੈਂ ਕਿ ਕਰਵਾਉਣਾ ਹੈ ਸਮਾਨ ਕੱਢਣੇ ਤਾਂ ਡਰਦੇ ਸੀ ਕੱਢ ਕੱਢ ਕੇ ਫਿਰ ਦਿੱਤਾ ਜਿਉਂ ਕੱਲ ਸ਼ਾਮੀ 3 ਵਜੇ ਤੋਂ ਲੱਗੇ ਰੱਖਣ ਜਿਉਂ ਲੱਗੇ ਰੱਖਣ ਉਹ ਹਜੇ ਪੂਰਾ ਸੈੱਟ ਨਹੀਂ ਹਜੇ ਕੋਈ ਕਰੀ ਪਿਆ ਕਰੀ ਕੋਈ ਤੇ ਪਿਆ ਮੇਰੇ ਘਰ ਚ ਕਿਚਨ ਤੇ ਕਾਮ ਸੇ ਕਾਮ ਖੂਬਸੂਰਤ ਹੋਣਾ ਚਾਹੀਦਾ ਕਿਉਂਕਿ ਖਾਣਾ ਪਕਾਉਣਾ ਉੱਥੇ ਹੁੰਦਾ ਆ ਤੇ ਦੂਸਰੇ ਘਰ ਖੂਬਸੂਰਤ ਨੇ ਕੀ ਕਰਨਾ ਕਰਦੀ ਤੇ ਆਪਣੇ ਖਾਣਾ ਪਕਾਣਾ ਅਗਰ ਉਹ ਜਗ੍ਹਾ ਸਾਫ਼ ਸੁਥਰੀ ਨਾ ਹੋਵੇ ਤਾਂ ਮੈਂ ਕਿਹਾ ਉਹ ਤਾਂ ਪਹਿਲਾਂ ਨਾ ਧਨੀਆ ਚਟਨੀ ਕੁੱਟ ਕੇ ਦੇ ਦਿਓ ਮਾਰੇ ਤੇ ਤੇ ਉਹ ਲੱਗੀ ਏਦਾਂ ਕਰਕੇ ਫੇਰ ਲੱਗੀ ਛੁਰੀ ਚੁੰਝ ਇੱਥੇ ਆ ਕੇ ਲੱਗੀ ਜਦ ਵੀ ਖੂਨ ਹੀ ਨਹੀਂ ਰੁਕਦਾ ਹੁਣ ਸ਼ਾਮੀ ਫਿਆਜ ਨੇ ਇੱਕ ਪੱਟੀ ਜਿਹੀ ਲੱਭ ਕੇ ਲਾਈ ਉਹਨਾਂ ਕੁਛ ਰੁਕਿਆ ਉਹ ਪਈ ਸੀ ਉਹ ਬੱਟੀ ਸਟੇਸ਼ਨ ਸਬਜ਼ੀਆਂ ਦੇ ਬੀਜ ਮੈਂ ਸਾਰੇ ਇੱਥੋਂ ਲੈ ਕੇ ਆਇਆ ਸੀ ਉਹ ਤੁਸੀਂ ਪਹਿਲਾਂ ਬੀਜ ਸਾਰਾ ਬਚਾ ਕੇ ਲੈ ਆਉਂਦੇ ਆ ਮੈਂ ਲੈ ਕੇ ਆਇਆ ਸੀ ਤੇ ਉਹ ਦੂਸਰਾ ਜਿਹੜਾ ਤੈਨੂੰ ਉਤਨ ਦਿੱਤਾ ਨਾ ਲਾਉਣੇ ਨੂੰ ਹਾਂਜੀ ਤੂੰ ਲਾ ਕੇ ਆਇਆ ਉਹ ਚੋ ਇੰਨਾ ਕੁ ਬਚਿਆ ਸੀ ਉਹ ਵੀ ਮੈਂ ਤਾਂ ਕਿਹਾ ਸਾਰਾ ਪਾ ਦੋ ਲੇਕਿਨ ਲਾਲ ਨੇ ਕਿਹਾ ਬਹੁਤ ਜ਼ਿਆਦਾ ਹੈ ਨਾ ਲਾ ਲਓ ਜੇ ਵਿਚਾ ਲਿਆ ਆ ਪਹਿਲੇ ਬਜ਼ੁਰਗ ਇਹ ਤੇ ਬੀਜ ਨਹੀਂ ਪਾਉਂਦੇ ਹੈਗੇ ਥੋੜੀ ਜੀ ਕੈਰੀ ਬਣਾ ਕੇ ਆਹ ਉਥੇ ਸਵੇਰ ਪੱਠੇ ਨੇ ਪਾਣੀ ਲਗਾਉਣਾ ਹੀ ਆ ਤੇ ਸਵੇਰ ਫਿਰ ਵੀ ਪਾਲਕ ਤੇ ਹੁਣ ਪਕਾਉਣ ਵਾਲੀ ਜਦੋਂ ਪਾਲਕ ਜਾਣਾ ਵੀ ਇਹਦੇ ਬੇਹਨ ਥੋੜਾ ਵੀ ਜੇ ਬਹੁਤ ਕੰਮ ਪੱਤੇ ਉਹ ਜੀ ਮੈਂ ਦੇਖਦਾ ਰਿਹਾ ਮੈਂ ਦੇਖਣੀਆਂ ਉਹ ਨਾ ਇਸ ਤਰ੍ਹਾਂ ਹੋਣਾ ਨੀ ਮੈਂ ਉੱਥੇ ਬੀਜੀ ਸੀ ਬਾਜਰੇ ਚ ਉਹ ਸਾਰੀ ਗੋਭੀ ਸਰੋਂ ਸੀ ਆਪਣੀ ਘਰ ਵਾਲੀ ਸੀ ਉਹ ਸਮਾਂ ਸਹੀ ਸੀ ਦੇਖ ਲਾ ਉਹ ਸਾਰੀ ਗੋਭੀ ਸਰੋਂ ਚ ਕੋਈ ਰਾਜਦਾਨਾ ਨਹੀਂ ਸੀ ਹੈਗਾ ਆਹੋ ਤੇ ਉਹ ਆਪਣੇ ਪਈ ਨਹੀਂ ਆ ਗਈ ਆ ਤੇ ਗੱਟੂ ਜੀ ਨੇ ਖੋਲ ਕੇ ਉਹ ਬੀਜ ਲੈਣ ਥੋੜੀ ਆਪਾਂ ਸਾਗ ਤੇ ਹੁਣ ਚਾਹੀਦਾ ਗਿਆ ਤਾਂ ਪਿਛੇ ਤਾਂ ਕੋਈ ਹੁਣ ਬੀਜੀ ਆ ਕਿੱਥੇ ਸਾਰੇ ਦੁਕਾਨ ਉਹ ਜਿੱਥੇ ਗੰਨੇ ਨਹੀਂ ਲਗਾਉਣੇ ਹੈਗੇ ਉੱਥੇ ਬਿਜਲੀ ਹੈ ਬਾਅਦ ਚ ਉੱਥੇ ਰੂਡਾ ਬੈਟਰ ਫਰਾਕ ਨਾ ਤੇ ਉੱਥੇ ਗੰਨੇ ਬੀਜ ਲਾਗੇ ਗੰਡੇ ਦਾ ਕਿਆਰਾ ਬੱਚਿਆ ਨੀ ਜਿਹੜਾ ਹੈਗਾ ਨਾਲੇ ਉੱਥੇ ਬਾਅਦ ਢੇਰ ਪਾਵਾਂਗੇ ਤੇ ਨਾਲ ਰੂਡਾ ਬੈਟਰ ਫਰਾ ਕੇ ਤੇ ਉੱਥੇ ਪਿਆਜ਼ ਲਗਾ ਲਾਂਗੇ ਇੱਕ ਤੇ ਜਗ੍ਹਾ ਨਰਮ ਹੋ ਜਾਂਦੀ ਪਿਆਜ਼ ਲਗਾਉਣੇ ਸੌਖੇ ਲੇਕਿਨ ਬਾਜੀ ਮੈਂ ਰੋਟੀ ਲਗਾਈ ਹੈਗੀ ਮੈਂ ਸਬਜ਼ੀ ਆਪਣੀ ਉੱਥੇ ਲਗਾਈ ਹੋਈ ਆਪਣਾ ਸਿਰਫ ਧਨੀਆ ਇਹਦੇ ਕੋਲ ਛੋਟੇ ਛੋਟੇ ਸਬਜ਼ੀਆਂ ਨੇ ਘਰ ਦੇ ਇਸਤੇਮਾਲ ਵਾਸਤੇ ਬੱਚੇ ਨੂੰ ਬੜਾ ਸ਼ੌਕ ਇਹਨਾਂ ਦੇ ਕੰਮਾਂ ਦਾ ਘਰ ਕਿਸੇ ਨੂੰ ਪਤਾ ਹੀ ਨਹੀਂ ਇਹਨਾਂ ਨੂੰ ਮੈਂ ਕਿਹਾ ਤੁਸੀਂ ਚਲੋ ਘਰ ਨੂੰ ਹਮੇਰਾ ਨੂੰ ਤਾਂ ਸਮੈਰਾ ਨੂੰ ਮੈਂ ਕਿਹਾ ਵੀ ਮੈਂ ਨਾ ਲੈ ਕੇ ਆਉਂਦੀ ਹਾਂ ਛੋਟਾ ਜਿਹਾ ਹੈਗਾ ਅਜੇ ਟ੍ਰੈਫਿਕ ਆਨੀ ਆ ਫਿਰ ਟ੍ਰੈਫਿਕ ਹੁੰਦੀ ਆ ਫਿਰ ਨਾਲ ਗਲੀਆਂ ਚਾਰ ਸ਼ਫੇਰ ਨਿਕਲਦੀਆਂ ਰਸਤੇ ਪੱਕੀ ਤੇ ਟਰੱਕੋ ਟਰੱਕ ਜਾਂਦਾ ਪਿਆ ਮੰਮੀ ਕੋਈ ਬਾਗ ਬੂਗ ਜਾਂ ਕੋਈ ਚੀਜ਼ਾਂ ਹੋਣਗੀਆਂ ਘੱਟ ਵਾਧਾ ਕੋਈ
बजरी पिछो लोग बन के आंदा ट्रक बनता पे टोटा समान खरीद लिया छोटी मोटी फोन बहुत दिन का लिया पे मैं शहर समान लैन जाना है लग गया काम लागे को रह गया हजे भी ਫਰੂਟ ਵਾਲੀਆਂ।